ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ نیوز ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਹੋ ਜਾਓ ਸਾਵਧਾਨ ਪੰਜਾਬ ਲਈ ਅਗਲੇ 24 ਘੰਟਿਆਂ ਲਈ ਜਾ ਰਿਹਾ ਹੈ ਮੌਸਮ ਦਾ ਰੈੱਡ ਅਲਰਟ ਵੱਡੀ ਖਬਰ ਜਾ ਚੁੱਕੀ ਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਦੇ ਵੀਡੀਓ ਨੂੰ ਆਜ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਅੰਦਰ ਅਸਲ ਪੰਜਾਬ ਲਈ ਅਗਲੇ 24 ਘੰਟਿਆਂ ਲਈ ਮੌਸਮ ਦਾ ਰੈੱਡ ਅਲਰਟ ਜਾ ਰਿਹਾ ਹੋ ਚੁੱਕਾ ਹੈ ਅਗਲੇ 24 ਘੰਟੇ ਹੋ ਠੰਡ ਘਟਾਏਗੀ ਇਸ ਜਿਸ ਕਾਰਨ ਉੱਤਰ ਭਾਰਤ 'ਚ ਰਾਡਲੜ ਜਾਰੀ ਹੋ ਚੁਕਾ ਹੈ ਜਿਸਕਰ ਜੋ ਹੈ ਕਿ ਉੱਤਰ ਭਾਰਤ ਦੇ ਸੂਬਿਆਂ 'ਚ ਇਹਨੀ ਦਿਨੀ ਹੱਡ ਚੀਰਵੀਂ ਠੰਡ ਪੈ ਰਹੀ ਹੈ ਜਿਸ ਕਾਰਨ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਦੇਸ਼ ਦੀ ਰਾਜ ਸ੍ਰੀ ਰਾਜਸਥਾਨੀ ਦਿੱਲੀ ਦੇ ਵਿੱਚ ਕੁਝ ਹਿੱਸਿਆਂ ਦੇ ਨਾਲ ਨਾਲ ਆਸ-ਪਾਸ ਦੇ ਇਲਾਕਿਆਂ 'ਚ ਸੰਘਣੀ ਧੁੰਦ ਦੀ ਤੇਜ਼ੀ ਦਾ ਸੁਧਾਰ ਹੋਇਆ ਹੈ ਤੁੰਤ ਕੁਝ ਰਾਹਤ ਭਾਵੇਂ ਮਿਲੀ ਹੈ ਪਰ તાਪਮਾਨ ਹੋਰ ਜ਼ਿਆਦਾ ਹੇਠਾ ਡਿੱਗਾ ਹੈ ਜਿਸ ਕਾਰਨ ਹੁਣ ਤਾਪਮਾਨ 'ਚ ਗਰਾਵਟ ਕਾਰਨ ਪੰਜਾਬ Haryana ਪਛਮੀ UP Rajasthan ਤੇ Delhi ਚ ਅਗਲੇ 24 ਘੰਟਿਆਂ ਲਈ ਰੈਡ ਅਲਰਟ ਜਾਰੀ ਕੀਤਾ ਹੈ ਜਿਸ ਸਕਾਰ ਲੋਕਾਂ ਨੂੰ ਇਸ ਹੱਡ ਚਿਰਵੀ ਠੰਡ ਤੋਂ ਬਚਾਅ ਕਰਨ ਦੀ ਜ਼ਰੂਰਤ ਹੈ ਉਥੇ ਹੀ ਭਾਰਤੀ ਮੌਸਮ ਵਿਭਾਗ ਦੇ ਵਿਗਿਆਨੀ RK ਜਨਾਮਨੀ ਵੱਲੋਂ ਜਾਣਕਾਰੀ ਸਾਂਝੀ ਕਰਦੇ ਦੱਸਿਆ ਹੈ ਕਿ Delhi ਚ ਸੀਤ ਲਹਿਰ ਚ ਵਾਦਾ ਹੋਇਆ ਹੈ ਸ਼ਨੀਵਾਰ ਨੂੰ Delhi ਚ ਸਭ ਤੋਂ ਘੱਟ ਤਾਪਮਨ ਦਰਜ ਕੀਤਾ ਗਿਆ ਉਹਨਾਂ ਦੱਸਿਆ ਹੈ ਕਿ ਰਾਜਸਥਾਨੀ ਅਤੇ ਉਸਦੇ ਆਲੇ-ਦੁਆਲੇ ਵਾਲੇ ਇਲਾਕਿਆਂ 'ਚ 9 ਜਨਵਰੀ ਤੋਂ ਬਾਅਦ ਦਾ ਤਾਪਮਨ ਚ ਵਾਧਾ ਹੋਇਆ। ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।